ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਤੁਹਾਡੀ ਆਪਣੀ ਪ੍ਰੀਤ। ਕਿਵੇਂ ਹੋ ਸਾਰੇ ਜਣੇ? ਠੀਕ ਹੋ? ਤੇ ਸਾਰਿਆਂ ਨੂੰ ਪ੍ਰੀਤ ਵੱਲੋਂ ਹੈਪੀ ਦੀਵਾਲੀ। ਸਾਰਿਆਂ ਨੂੰ ਤੇ ਸਾਰਿਆਂ ਦੀ ਫੈਮਿਲੀਜ਼ ਨੂੰ ਮੇਰੇ ਵੱਲੋਂ ਵੀ ਹੈਪੀ ਦੀਵਾਲੀ। ਠੀਕ ਆ, ਅਸੀਂ ਜਾਣ ਲੱਗੇ ਹਾਂ, ਹੁਣ ਕੀ ਕਰਨ ਜਾਣ ਲੱਗੇ ਹਾਂ? ਅਸੀਂ ਦੀਵਾਲੀ ਵਾਸਤੇ ਪਟਾਕੇ ਲੈਣ ਚੱਲੇ ਹਾਂ, ਧਾਕੇ ਲੈਣ ਚੱਲੇ ਹਾਂ ਅਸੀਂ। ਧਾਕੇ ਲੈਣ ਨੂੰ ਲੇਟ ਹੋ ਗਏ ਥੋੜ੍ਹੇ ਜਿਹੇ, ਕਿਉਂਕਿ ਅੱਜ ਦੀਵਾਲੀ ਹੈ, ਦੀਵਾਲੀ ਦਾ ਦਿਨ ਹੀ ਹੈ। ਰਾਤ ਨੂੰ ਮਨਾਉਂਦੇ ਹੁੰਦੇ ਨੇ ਵੈਸੇ ਦੀਵਾਲੀ। ਅਸੀਂ ਦੀਵਾਲੀ ਵਾਲੇ ਦਿਨ ਹੀ ਪਟਾਕੇ ਲੈਣ ਚੱਲੇ ਹਾਂ, ਧਾਕੇ ਲੈਣ ਚੱਲੇ ਹਾਂ, ਲੇਟ ਹੋ ਗਏ। ਦੇਖਦੇ ਹਾਂ ਪਟਾਕੇ ਮਹਿੰਗੇ ਮਿਲਣਗੇ ਅੱਜ ਅੱਜ ਦੇ ਦਿਨ। ਵੈਸੇ ਪਤਾ ਪਤਾ ਤੁਹਾਨੂੰ ਕੀ ਪਤਾ, ਆਪਾਂ ਨੂੰ ਦੇਖ ਕੇ ਘੱਟ ਰੇਟ ਲਾ ਲੈਣ। ਗੱਡੀ ਚੱਲੀ ਆ ਤਾਂ ਫਿਰ ਤਾਂ ਪੱਕਾ ਘੱਟ ਰੇਟ ਲਾ ਲਿਆ ਉਹਨਾਂ ਨੇ। ਚਲੋ, ਗੱਡੀ ਥੋੜੀ ਦੂਰ ਖੜਾ ਕੇ ਵਗ ਜਾਵਾਂਗੇ, ਐਂ ਸ਼ੋ ਕਰ ਦਾਂਗੇ ਪਤਾ ਨਾ ਲੱਗੇ ਵੀ ਅਸੀਂ ਗੱਡੀ ਜਾਇਆ। ਅਸੀਂ ਪੈਦਲ ਆਏ ਹਾਂ ਬਈ, ਸੈਰ ਕਰਦੇ ਆ ਗਏ ਅਸੀਂ, ਸੈਰ ਕਰਦੇ ਆ ਗਏ ਅਸੀਂ ਰੋਜ਼ ਕਲੋਨੀ ਤੋਂ। ਚਲੋ, ਸਾਰਾ ਘਰ ਸਾਫ਼ ਹੈ ਆਪਣਾ, ਹੈ ਨਾ, ਸਾਰਾ ਕੁਛ ਸਾਫ਼ ਹੈ, ਇੱਕ ਗੱਡੀ ਨੂੰ ਛੱਡ ਕੇ। ਗੱਡੀ ਅੰਦਰੋਂ ਸਾਫ਼ ਹੈ, ਅੰਦਰੋਂ ਤਾਂ ਕਲੀਨ ਪਈ ਹੈ, ਦੇਖ ਸਕਦੇ ਹੋ ਤੁਸੀਂ, ਪਰ ਬਾਹਰੋਂ ਥੋੜ੍ਹੀ ਜਿਹੀ ਗੰਦੀ ਹੈ। ਤੁਸੀਂ ਮੇਰੇ ਵੱਲ ਕਿਉਂ ਦਿਖਾ ਰਹੇ ਹੋ? ਕਹਿੰਦੇ ਬਾਹਰੋਂ ਥੋੜ੍ਹੀ ਜਿਹੀ ਗੰਦੀ ਹੈ, ਮਤਲਬ ਪ੍ਰੀਤ ਦਾ ਐਕਸਪ੍ਰੈਸ, ਫਿਰ ਪ੍ਰੀਤ ਦੀ, ਮੈਂ ਕਿਹਾ ਤੂੰ ਕੁਛ ਬੋਲਣਾ ਹੋਵੇ। ਚਲੋ, ਮਤਲਬ ਪ੍ਰੀਤ ਨੇ ਕੁਛ ਨਹੀਂ ਬੋਲਣਾ, ਆਪਾਂ ਹੁਣ ਚੱਲਦੇ ਹਾਂ। ਓਏ ਰਹਿਣ ਦੇ, ਸਾਰਿਆਂ ਨੂੰ ਹੈਪੀ ਦੀਵਾਲੀ, ਕਮੈਂਟ ਸਾਨੂੰ ਵੀ ਹੈਪੀ ਦੀਵਾਲੀ ਕਹਿ ਦਿਓ। ਠੀਕ ਆ, ਚਲੋ ਹੁਣ ਆਪਾਂ ਲੈਣੇ ਕਿੱਥੋਂ ਨੇ? ਪੋਲੋ ਗਰਾਊਂਡ ਮੈਂ ਸੁਣਿਆ ਵੀ ਪਟਾਕੇ ਹੁੰਦੇ ਨੇ, ਪਰ ਮੈਂ ਅੱਜ ਤੱਕ ਦੇਖੇ ਨਹੀਂ ਵੀ ਉੱਥੇ ਹੁੰਦੇ ਨੇ। ਇੱਕ ਵਾਰ ਗੇੜਾ ਲਾ ਜਾਂਦੇ ਹਾਂ। ਚਲੋ, ਨਹੀਂ ਤਾਂ ਅਸੀਂ ਪੋਲੋ ਗਰਾਊਂਡ ਵੱਲ ਗੇੜੀ ਲਾ ਜਾਂਦੇ ਹਾਂ, ਭੀੜ ਬਹੁਤ ਉੱਪਰ ਅੱਜ, ਨਾਲੇ ਤਾਂ ਗੇੜੀ ਹੋਜੂ, ਨਾਲੇ ਜੇ ਉੱਥੇ ਨਾ ਮਿਲੇ ਫਿਰ ਅਸੀਂ ਉੱਥੋਂ ਲਵਾਂਗੇ ਜਿੱਥੋਂ ਅਸੀਂ ਵਿਆਹ ਵੇਲੇ ਲਿੱਤੇ ਸੀਗੇ। ਮਤਲਬ ਸਾਡੇ ਵਿਆਹ ਵੇਲੇ ਮੈਂ ਲੈ ਕੇ ਆਇਆ ਸੀ ਇੱਥੋਂ, 3 ਸ਼ਾਟ ਲੈ ਕੇ ਆਇਆ ਸੀ ਮੈਂ, 100 100 100, 300 ਸ਼ਾਟ ਸੀ ਟੋਟਲ। ਅੱਧਾ ਘੰਟਾ ਪੌਣਾ ਘੰਟਾ ਚੱਲੀ ਗਏ ਉਹ, ਉੱਥੇ ਖੜੀ ਸੀ ਜੈਗੁਆਰ, ਉਹ ਉੱਥੇ ਮੈਂ ਵੀ ਦੇਖਦੀ ਸੀ। ਵਾਹ, ਮਤਲਬ ਇਸ ਤੋਂ ਪਹਿਲਾਂ ਕਿ ਮੈਂ ਇਹ ਡਾਇਲੋਗ ਮਾਰਦੀ, ਸਵਾਗਤ ਨਹੀਂ ਕਰੋਗੇ ਹਮਾਰਾ, ਉਸ ਤੋਂ ਪਹਿਲਾਂ ਹੀ ਸਵਾਗਤ ਹੋ ਗਿਆ। ਅਰੇ ਉਹ ਇਕੱਠੇ ਚਲਾਦੇ ਸੀ, ਚਾਨਣੀ ਚਾਨਣ ਕਰਤਾ ਜੀ ਉੱਪਰ, ਬਿਲਕੁਲ ਚਾਨਣੀ ਚਾਨਣ ਹੋ ਗਿਆ ਸੀ। ਤੈਨੂੰ ਐ ਲੱਗ ਰਿਹਾ ਸੀ ਆ ਕੇ ਜਿਵੇਂ ਆਈ ਤਾਂ ਮੈਂ ਐਵੇਂ ਸੀ, ਇੰਨਾ ਹਨੇਰਾ ਸੀ, ਇੰਨਾ ਦਿਨ ਕਿਵੇਂ ਚੜਾ ਤਾ ਜੋ ਤੁਸੀਂ। ਹਾਂ, 3 ਇਕੱਠੇ ਚਲਾਦੇ ਸੀ, 100 100 ਵਾਲੇ। ਚਲੋ, ਗੱਡੀ ਸਟਾਰਟ ਕਰਦੇ ਆਪਾਂ। ਵਾਹਿਗੁਰੂ ਵਾਹਿਗੁਰੂ। ਚਲੋ ਹੁਣ ਜਾ ਕੇ ਮਿਲਦੇ ਹਾਂ, ਹੁਣ ਡਰਾਈਵਰੀ ਦਾ ਤਾਂ ਕੀ ਵਲੌਗ ਬਣਾਈ, ਤੁਹਾਨੂੰ ਪਤਾ ਮੈਂ ਡਰਾਈਵਰੀ। ਚਲੋ ਮਿਲਦੇ ਹਾਂ। ਲਓ ਜੀ, ਪਹੁੰਚ ਚੁੱਕੇ ਹਾਂ ਪੋਲੋ ਗਰਾਊਂਡ, ਪਹਿਲੀ ਵਾਰ ਆਇਆ ਉਰੇ ਮੈਂ, ਮੈਨੂੰ ਪਤਾ ਨਹੀਂ ਵੈਸੇ ਜੀ, ਉਰੇ ਪਟਾਕੇ ਮਿਲਦੇ ਨੇ। ਮੈਨੂੰ ਤਾਂ ਪਹਿਲਾਂ ਲੱਗਿਆ ਵੀ ਉਹੀ ਫੁੱਦੂ ਲਾਤਾ ਹੋਣਾ ਕਿਸੇ ਨੇ, ਪੋਲੋ ਗਰਾਊਂਡ ਪਟਾਕੇ ਮਿਲਦੇ ਨੇ ਹੈ ਪ੍ਰੀਤ, ਪਰ ਮਿਲਦੇ ਨੇ ਯਾਰ, ਖਾਸੀ ਭੀੜ ਆ ਉਰੇ, ਗੱਡੀਆਂ ਖੜੀਆਂ, ਜਗ੍ਹਾ ਨਹੀਂ ਆਈ ਗੱਡੀ ਲਾਉਣ ਉਰੇ। ਚਲੋ ਦੇਖਦੇ ਹਾਂ, ਜੇ ਮਿਲੇ ਫਿਰ ਦੱਸਦੇ ਹਾਂ ਅੱਗੇ। ਬੱਲੇ ਬੱਲੇ ਬੱਲੇ। ਹਾਂਜੀ, ਕੀ ਲਿੱਤਾ ਆਪਾਂ, ਕੀ ਲਿੱਤਾ ਆਪਾਂ? ਇੱਕ 60 ਵਾਲਾ ਸ਼ਾਟ ਹੈ, 25 ਵਾਲਾ ਅਨਾਰ ਨੇ, ਔਰ ਕੁਛ ਪ੍ਰੀਤ? ਬੰਬ ਲੈ ਲੈਣੇ ਬਸ ਇੱਕ, ਹੈਨਾ, ਥੈਂਕ ਯੂ ਵੀਰੇ। ਚਲੋ ਜੀ, ਕਰ ਲਿਆ ਫਿਰ ਖਰਚਾ, ਹਜ਼ਾਰਾਂ 'ਚ ਕਰਾਤਾ ਖਰਚਾ, ਹਜ਼ਾਰਾਂ 'ਚ ਹੈ ਪ੍ਰੀਤੀ, ਮੈਂ ਹਜ਼ਾਰਾਂ 'ਚ ਹੀ ਹੋ ਗਿਆ ਖਰਚਾ ਅੱਜ ਤਾਂ ਬਈ। ਪਰ ਮੇਰੇ ਵਿਆਹ 'ਤੇ ਅਸੀਂ 3 ਸ਼ਾਟ ਲਿੱਤੇ ਸੀ, ਉਹ ਆਏ ਸੀ 3500 ਦੇ, ਫਿਰ 100 100 ਸ਼ਾਟ ਸੀ ਨਾ ਉਸ 'ਚ। ਚਲਾਇਓ ਗੱਡੀ, ਮੈਂ ਏਸੀ ਲਾ ਲਾਂ, ਗਰਮੀ ਲੱਗ ਗਈ ਜਦੋਂ। 100 100 ਸ਼ਾਟ ਸੀ ਨਾ ਫਿਰ ਜਾਣ ਉਸ 'ਚ, ਤਾਂ ਮਹਿੰਗੇ ਸੀਗੇ। ਬਾਕੀ ਘਰੇ ਜਾ ਕੇ ਤੁਹਾਨੂੰ ਦਿਖਾ ਦੇਣਾ, ਇਸ ਵਲੌਗ 'ਚ ਦਿਖਾ ਦਾਂਗੇ। ਕਿੰਨੇ ਸ਼ਾਟ ਚੱਲੇ ਲਏ ਨੇ? ਇੱਕ ਤਾਂ ਲਿਆ ਆਪਾਂ, ਇੱਕ ਤਾਂ ਸ਼ਾਟ ਲਿਆ 60 ਵਾਲਾ, ਇੱਕ 25 ਵਾਲਾ, ਮਤਲਬ ਟੋਟਲੀ ਹੋ ਗਏ ਉਹੀ ਵੀ 100 ਕ ਲਾ ਲਾ, 90 ਕ ਲਾ ਲਾ। ਠੀਕ ਹੈ, ਰੇਟ ਮੈਨੂੰ ਠੀਕ ਲੱਗਿਆ, ਪਹਿਲੇ ਰੈਮ ਪੋਲੋ ਗਰਾਊਂਡ। ਅੱਛਾ, ਰੇਟ ਤਾਂ ਰੇਟ ਠੀਕ ਹੈ, ਹਾਂ। ਬਾਕੀ ਫੁੱਲ ਚੜੀਆਂ ਵਗੈਰਾ ਲਈਆਂ ਨੇ ਅਸੀਂ, ਕੁਛ ਇੱਕ ਦੂਜਾ ਨਵੀਆਂ ਟਰਾਈ ਕੀਤੀਆਂ ਨੇ, ਉਹ ਤੁਹਾਨੂੰ ਘਰੇ ਜਾ ਕੇ ਦਿਖਾ ਦਾਂਗੇ ਇਸ ਵਲੌਗ 'ਚ। ਹੁਣ ਆਪਾਂ ਘਰੇ ਚੱਲਦੇ ਹਾਂ, ਠੀਕ ਆ, ਉਸ ਤੋਂ ਤੁਹਾਨੂੰ ਦਿਖਾਉਂਦੇ ਹਾਂ ਵੀ ਆਪਾਂ ਕੀ ਲਿੱਤਾ, ਕਿਉਂਕਿ ਦੁਕਾਨ 'ਤੇ ਨਾ ਕਾਫੀ ਰੌਲਾ ਸੀਗਾ, ਹੈਨਾ ਪ੍ਰੀਤੀ, ਤਾਂ ਆਪਾਂ ਬੋਲ ਕੇ ਨਹੀਂ ਦੱਸ ਸਕੇ ਵੀ ਕੀ ਲੈ ਰਹੇ ਹਾਂ ਆਪਾਂ। ਘਰੇ ਜਾ ਕੇ ਨਾਲੇ ਤਾਂ ਮੰਮੀ ਨੂੰ ਦਿਖਾਵਾਂਗੇ, ਨਾਲੇ ਤੁਹਾਨੂੰ ਦਿਖਾ ਦਾਂਗੇ ਇੱਕੋ ਵਾਰ 'ਚ, ਠੀਕ ਆ। ਚਲੋ, ਅਸੀਂ ਘਰੇ ਪਹੁੰਚੀਏ, ਤਦ ਤੱਕ ਤੁਸੀਂ ਅੱਗੇ ਵਲੌਗ ਦੇਖੋ। ਹਾਂਜੀ,
अगे व्लॉग देखने तो पहले मैं तुहानू एक चीज बारे दसना चाहना जिहदा नाम है वाओ लाइफ साइंस का प्लांट बेस्ड बायोटिन पाउडर। ये अपने हेल्थ लई हेयरस लई काफ़ी फायदेमंद है, पर प्रीत इन अपने नेल्स लई यूज़ कर रही है। वाओ दा बायोटिन पाउडर बिल्कुल नैचुरल है ते अपनी डेली डाइट जो भी न्यूट्रिशनल गैप आंदा है ये उन्हें फिल करन विच अपनी हैल्प करता है ते ये अपने ब्लड सैल्स नूं हैल्दी बनाउण विच ते स्टैमिना वधाउण विच भी हैल्प करता है। प्रीत इसनूं रोज़ वॉर्म मिल्क च पा के पीती है। तुसीं भी इहनूं वॉर्म मिल्क च, वॉर्म वाटर च या फिर स्मूथी च पा के भी कंज्यूम कर सकते हो। इस विच ऑरेंज पील एक्सट्रैक्ट, लैमन पाउडर, कैरट पाउडर, पोमेग्रेनेट पाउडर ते सी बकथॉर्न पाउडर है जो अपनी इम्यूनिटी ते ब्लड प्रेशर इंप्रूव करने विच अपनी हेल्प करते हैं। वाओ दे सारे प्रोडक्ट नैचुरल होंदे ने ते किसी भी हार्मफुल कैमिकल्स नाल नहीं बनते ते वाओ दे सारे प्रोडक्ट के पिछे एक QR कोड दिता होंदा जिन्हों स्कैन करके प्रोडक्ट की ऑथेंटिसिटी भी चैक कर सकते हो। तो जे तुसीं इहनूं बाय करना चाहते हो तो लिंक डिस्क्रिप्शन में दिता हुआ है, उत्थे जाके बाय कर सकते हो। तो वाओ ऐप नूं डाउनलोड करके तुसीं इहनां दे होर प्रोडक्ट्स भी चैक कर सकते हो। तो जे तुसीं मेरा कूपन कोड यूज़ करोगे तो तुहानूं होर भी डिस्काउंट मिलेगा। बी वाओ नैचुरली। हाँ जी पहुँच चुके हैं जी घर। तो चलो हम कड ली आ प्रीति पिछे हो। आज 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 शेरा आ जा, भारी बहुत नहीं रहे कर दे बंद ला देंगे पहली बार च डिग्गी ला चंगी तरह ले ला दोबारा की कर रहे खेडो खेडा ही दोबारा ला लग गई लग गई यार पक्का मथे दे मारा चक पटाके चार हजार दे ने मिट्टी पई हुई है ਆ ਦੇਖੋ ਇਹ ਕਿੰਨੇ ਸ਼ਾਟ ਨੇ ਇਹ 25 ਨੇ ਇਹ 25 ਵਾਲਾ ਨਾ ਕਿ ਇਹ 60 ਵਾਲਾ ਹੈ ਲਿਖਿਆ ਨਹੀਂ ਹੋਇਆ ਇਸ ਤੇ ਇਹ 25 ਵਾਲਾ ਹੈ 25 ਵਾਲਾ 25 ਵਾਲਾ 25 ਵਾਲਾ 25 ਵਾਲਾ ਹੀ ਆ ਇਹ ਇਸ ਚ 25 ਸ਼ਾਟ ਨੇ 60 ਵਾਲਾ ਕੱਢ ਹੁਣ ਇਹ 60 ਸ਼ਾਟ ਨੇ ਹਾਂ ਯਾਰ ਇਹ ਇਹ ਜੇ ਸੀ ਵਿਆਹ ਤੇ ਮਿਲਣਾ ਦਾ ਇਹ ਚ 16 ਨੇ ਚੌਕਸ ਇਹ 16 ਸੀਗੇ ਪੱਕਾ ਪਤਾ ਕਿਵੇਂ ਲੱਗ ਰਹੇ ਨੇ ਹਲ ਤੱਕ ਸੋਹਣੇ ਲੱਗ ਰਹੇ ਨੇ ਦੋ ਜੋ ਤੇ ਇਸ ਤੇ ਤਾਂ 25 ਲਿਖੇ ਨਹੀਂ ਹੋਏ चला के दिखावा सानू खोल के दिखा दे चला के दिखावा खोल के अनार ने कलरफुल अनार ने वे वे अनार ने बाकी दिवाली अपनी फर्स्ट है पटाके चलान पटाके चलान बच्चे कहने बच्चे धमाका हो फालतू नहीं खर्चा करके जो साडे नीड सी जो सानू लोड सी हुण असीं आतिशबाजी भी लै सकदे सीगे पर मैं आतिशबाजी हुण यार फिर कौन बार बार लग जावे आतिशबाजी लैनी भी है दुकान तो मिल जूगी ये चीजा दुकान तो नहीं मिलनी सीगियां महंगी लगदियां बहुत है ना
ਕੈਸਾ ਲੱਗੇ ਮੰਮੀ ਮਤਲਬ ਸ਼ਾਰਟਸ ਉਂ ਜਾਂ ਪਰ ਲੋਕਲ ਦੁਕਾਨਾਂ ਤੋਂ ਲੈਂਦੇ ਮਹਿੰਗੇ ਵੀ ਲੱਗਦੇ ਇਹ ਜਿਹੜਾ 25 ਵਾਲਾ ਮਤਲਬ ਇਹ ਆਪਾਂ ਨੂੰ 7-800 ਦਾ ਮਿਲਦਾ 7.5 ਦਾ ਹੈਨਾ 750 ਦਾ ਇਹ ਲੱਗਦਾ ਉਥੋਂ ਤੁਹਾਨੂੰ ਪੈ ਗਿਆ ਇਹ 450 ਦਾ ਓਹੋ ਇਹ ਵੀ ਇਹ ਮਹਿੰਗੇ ਬਸ ਡਬਲ ਲਾ ਲਓ ਇਸ ਤੋਂ ਡਬਲ ਲਾ ਲਓ ਉਸ 'ਚ 25 ਨੇ 60 ਨੇ ਇੱਥੇ ਕੋਈ ਡੱਬੀ ਹੋਈ ਤੇ ਲਿਖਿਆ ਰੇਟ ਉਹਦੇ ਪ੍ਰੀਤ ਇਹਦੇ ਨਾਲ ਚੱਕ ਕੇ ਰੱਖ ਇਹਨੂੰ ਮੰਮੀ ਆਹ ਚੱਕ ਕੇ ਕੱਢਿਓ ਤੁਸੀਂ ਸਕਰੀਨਸ਼ਾਟ ਲੈ ਲਈਏ ਫਿਰ ਵਲੌਗ ਵਾਸਤੇ ਆਹ ਚੱਕ ਕੇ ਰੱਖੋ ਤੁਸੀਂ ਪ੍ਰੀਤ ਤੂੰ ਆ ਚੱਕ ਮੰਮੀ ਨੂੰ ਫੜਾ ਦੀਵਾਲੀ ਵੈਲਕਮ ਬੈਕ ਜੀ ਵਲੌਗ 'ਚ ਅਤੇ ਹੁਣ ਅਸੀਂ ਚੱਲੇ ਹਾਂ ਪਿੰਡ ਰਾਜਗੜ੍ਹ ਹਰ ਵਾਰ ਮੱਥਾ ਟੇਕਦਾ ਦੀਵਾਲੀ ਦਾ ਤਾਂ ਅਸੀਂ ਚੱਲੇ ਹਾਂ ਪਿੰਡ ਅਸੀਂ ਪਿਛਲੇ ਸਾਲ ਵੀ ਗਏ ਸੀ ਅਸੀਂ ਇਸ ਵਾਰ ਵੀ ਚੱਲੇ ਹਾਂ ਅਸੀਂ ਹੁਣ ਕੌਣ ਹੈ ਅਸੀਂ ਹੈਗਾ ਨਵੀਂ ਹੈਲੋ ਪਿਛਲੀ ਵਾਰ ਵੀ ਅਸੀਂ ਗਏ ਸੀ ਪਰ ਪਿਛਲੀ ਵਾਰ ਅਸੀਂ ਗਏ ਸੀ ਬਾਈਕ 'ਤੇ ਬਹੁਤ ਠੰਡ ਸੀ ਉਸ ਟਾਈਮ ਸਟਰਗਲ ਲਾਈਫ ਸੀ ਸਾਡੀ ਉਦੋਂ ਹੁਣ ਵੀ ਸਟਰਗਲ ਲਾਈਫ ਹੀ ਹੈ ਹੁਣ ਥੋੜ੍ਹਾ ਜਿਹਾ ਗੱਡੀ 'ਤੇ ਆ ਗਏ ਅਸੀਂ ਲਾਈਕ ਕਮੈਂਟ ਕਰਦੇ ਰਹੋ ਫਿਰ ਜਹਾਜ਼ 'ਤੇ ਵੀ ਆ ਜਾਵਾਂਗੇ ਅਸੀਂ ਬਾਹਰ ਜਾਣ ਦਾ ਕੋਈ ਪਲੈਨ ਨਹੀਂ ਹੈ ਵੈਸੇ ਘੁੰਮਣ ਜਾਵਾਂਗੇ ਅਤੇ ਘੁੰਮਣ ਨੂੰ ਮਾੜਾ ਨਹੀਂ ਹਾਂ ਚਲੋ ਹੁਣ ਅਸੀਂ ਤੁਹਾਨੂੰ ਹੈਪੀ ਦੀਵਾਲੀ ਕਹਿੰਦੇ ਬੋਲੇ ਸਾਰਿਆਂ ਨੂੰ ਹੈਪੀ ਦੀਵਾਲੀ ਹਾਂ ਚਲੋ ਹੁਣ ਸਾਰਿਆਂ ਨੂੰ ਮੈਂ ਤਾਂ ਕਹਿਤਾ ਸੀ ਤੇ ਬਾਅਦ 'ਚ ਗੱਲ ਕਰਦਾ ਹੁਣ ਚਾਚਾ ਜੀ ਦਾ ਫੋਨ ਆ ਰਿਹਾ ਵਿੱਚ ਮੈਨੂੰ ਹੈਪੀ ਦੀਵਾਲੀ ਅੱਛਾ ਜੀ ਹੈਪੀ ਦੀਵਾਲੀ ਤੇ ਆਹ ਦੇਖੋ ਤੁਸੀਂ ਕਲਾਕਾਰੀ ਆਪਣੀ ਚੱਕਰੀ ਦੇ ਵਿੱਚ ਬੱਲਬ ਮੈਂ ਸਟੋਰੀ ਦੇਖੀ ਅੱਛਾ ਜੀ ਤੁਹਾਡੀ ਰਾਤ ਨੂੰ ਉਸ ਦਿਨ ਸਟੋਰੀ ਪਾਈ ਸੀ ਨਾ ਅਸੀਂ ਮੈਂ ਦੇਖਿਆ ਮੈਂ ਕਿਹਾ ਇਹ ਰੈਡੀਮੇਡ ਹੋਣੇ ਪੱਕਾ ਸੋਹਣਾ ਬਣ ਗਿਆ ਹੁਣ ਤਾਂ ਬਹੁਤ ਹੈ ਨਾ ਵੀ ਹੁਣ ਤਾਂ ਵੀਡੀਓ ਸ਼ੂਟ ਕਰਨ ਵਾਲੀ ਉਰੇ ਲੋਕੇਸ਼ਨ ਘੈਂਟ ਹੋ ਗਈ ਫੋਟੋ ਸ਼ੂਟ ਵਾਸਤੇ ਵੀ ਸਤਿ ਸ਼੍ਰੀ ਅਕਾਲ ਜੀ ਹੈਪੀ ਦੀਵਾਲੀ ਸੋਹਣੇ ਲੱਗ ਰਹੇ ਹੋਰ ਕੀ ਗੂੜਾ ਗੂੜਾ ਕਲਰ ਸੋਹਣਾ ਲੱਗਦਾ ਤੁਹਾਡੇ ਹਾਂਜੀ ਹੈਪੀ ਦੀਵਾਲੀ ਹੈਪੀ ਦੀਵਾਲੀ ਸਾਰਿਆਂ ਸਾਰਿਆਂ ਨੂੰ ਮੇਰੀ ਡੈਕੋਰੇਸ਼ਨ ਤਾਂ ਦਿਖਾ ਦੇ ਅੰਦਰ ਡੈਕੋਰੇਸ਼ਨ ਦਿਖਾਤੀ ਮੈਂ ਕਾਰੀ ਵਾਲੀ ਦਿੱਤੋ ਕਾਰੀਗਰੀ ਅੱਛਾ ਅੰਦਰ ਵੀ ਹੈ ਅੰਦਰ ਆਓ ਦਿਖਾਓ ਚੱਪਲ ਲੈ ਕੇ ਵਗ ਜਾ ਅੰਦਰ ਕੋਈ ਨਾ ਮਸਾ ਪੋਚਾ ਦੁਬਾਰੇ ਮਾਰੂ ਵਾਓ ਸੋਹਣੀ ਆਵੇ ਥੋੜੀ ਜਿਹੀ ਜਾਂਦਾ ਹੋਇਆ ਮਨਾ ਕਿਲ ਜਾਈ ਵੀਡੀਓ ਤੁਹਾਨੂੰ ਦੁਬਾਰਾ ਵੀ ਦਿਖਾ ਦਾਂਗੇ ਲਾਈਟਾਂ ਬੰਦ ਕਰਕੇ ਮਤਲਬ ਜਿਸ ਟਾਈਮ ਨੇਰਾ ਹੋ ਗਿਆ ਨਾ ਮੱਥਾ ਟੇਕ ਕੇ ਆ ਗਏ ਆਪਾਂ ਉਸ ਟਾਈਮ ਲਵਾਵਾਂਗੇ ਲਾਈਟਾਂ ਲਾ ਕੇ ਲਾਈਟਾਂ ਵੀ ਲੱਗੀਆਂ ਹੋਣੀਆਂ ਹਨ ਲੜੀਆਂ ਹਾਂ ਲੜੀਆਂ ਲਾਈ ਹੋਏ ਨੇ ਦਿਖ ਰਹੇ ਨੇ ਲੜੀਆਂ ਵੈਸੇ ਚੱਲ ਗਿਆ ਸੋਹਣੀ ਲੱਗਣਗੀਆਂ ਮੈਂ ਬਹੁਤ ਸੋਹਣਾ ਉਹ ਕਰ ਰਹੀਆਂ ਨੇ ਉੱਥੇ ਪ੍ਰੀਤ ਤੇ ਮੰਮੀ ਲੇਟ ਹੋ ਗਏ ਇਸ ਵਾਰ ਥੋੜੇ ਜਿਹੇ ਦੁਪਹਿਰਾਂ ਲੱਗੀ ਰਹੀ ਹੋਣੀ ਹੈ ਸਭ ਕਰਨ ਤੇ ਪਹਿਲਾਂ ਕੰਮ ਕਰੇ ਪਹਿਲਾਂ ਕੰਮ ਕਰੇ ਫਿਰ ਡੈਕੋਰੇਸ਼ਨ ਕਰੀ ਨਹੀਂ ਬਹੁਤ ਸੋਹਣਾ ਬਹੁਤ ਸੋਹਣਾ ਚਲੋ ਚਾਹ ਪੀ ਲਈਏ ਬਾਈ ਪਹਿਲਾਂ ਲਓ ਜੀ ਦੇਖੋ ਤੁਸੀਂ ਆਹ ਸੋਹਣਾ ਲੱਗ ਰਿਹਾ ਹਾਂ ਰੰਗੀਨ ਜਿਹਾ ਹੈ ਨਾ ਮੈਂ ਤੁਹਾਨੂੰ ਆਹ ਕਲਾਕਾਰੀ ਦਿਖਾ ਰਿਹਾ ਸੀ ਦਿਨ 'ਚ ਤੁਸੀਂ ਦਿਨ 'ਚ ਤਾਂ ਛੱਡੋ ਰਾਤ ਨੂੰ ਦੇਖੋ ਤੁਸੀਂ ਇਹਦੇ ਅੰਦਰ ਬੱਲਬ ਲਾ ਰੱਖਿਆ ਅੱਛਾ ਇਹਨੇ ਇੱਧਰੋਂ ਗਲੀ ਕੱਢ ਕੇ ਇੱਧਰੋਂ ਆਹ ਦੇਖੋ ਬਾਕੀ ਤੁਹਾਨੂੰ ਉੱਪਰ ਜਾ ਕੇ ਦਿਖਾਉਂਦੇ ਹਾਂ ਪੂਰੀ ਵੀ ਕਿਵੇਂ ਲੱਗ ਰਹੀ ਆ ਕਿਉਂ ਨਾ ਵੀ ਹਨੇਰਾ ਪੈ ਗਿਆ ਹੁਣ ਤਾਂ ਨਾ ਨਾ ਵਧੀਆ ਦਿਖ ਰਿਹਾ ਹਨੇਰੇ 'ਚ ਲਾਈਟਾਂ ਵਧੀਆ ਦਿਖ ਰਹੀਆਂ ਨੇ ਘਰ ਬਹੁਤ ਸੋਹਣਾ ਲੱਗ ਰਿਹਾ ਇੱਧਰਲਾ ਇੱਧਰਲਾ ਪਾਸਾ ਮਤਲਬ ਆਹ ਬਹੁਤ ਸੋਹਣਾ ਲੱਗ ਰਿਹਾ ਚੱਪਲਾਂ ਕੱਢ ਦੀ ਨਵੀਂ ਕਿ ਚੱਪਲਾਂ ਲਾਈ ਜਾਵਾਂ ਲੋ ਜੀ ਦੇਖੋ ਜੀ ਲਾਈਟਾਂ ਹੀ ਲਾਈਟਾਂ ਹੋਈਆਂ ਪਿੰਡ 'ਚ ਆਪਣੇ ਇੱਧਰੋਂ ਨਹੀਂ ਦਿਖ ਰਹੀ ਨਾ ਇੱਧਰੋਂ ਦਿਖ ਰਹੀ ਹੈ ਉਹ ਚਾਚਾ ਜੀ ਬੈਠੇ ਅਤੇ ਉਹ ਸ਼ੇਰਨੀ ਕੱਢੀ ਆਪਣੀ ਚਾਚਾ ਜੀ ਦੀ ਸ਼ੇਰਨੀ ਦਾ ਮੂੰਹ ਬੰਦ ਕਰ ਰੱਖਿਆ ਬੰਨ ਰੱਖਿਆ ਚਾਚਾ ਜੀ ਨੇ ਆਹ ਚੀਜ਼ ਵਧੀਆ ਲੱਗੀ ਯਾਰ ਮੈਨੂੰ ਆਹ ਚੀਜ਼ ਹੈ ਨਾ ਆਹ ਯੂਨੀਕ ਆ ਕਰਾਂਗੇ ਕਾਰਜ ਇਹੋ ਜਿਹੇ ਕਾਰਜ ਕਰਨੇ ਅਸੀਂ ਵੀ ਸਾਡੇ ਕੋਲ ਵੀ ਬਹੁਤ ਚੱਕਰੀਆਂ ਪਈਆਂ ਨੇ
ਕਰਾਂਗੇ ਕੁਛ ਕੁਛ ਕਰਾਂਗੇ ਹੁਣ ਇਹ ਨਹੀਂ ਪਤਾ ਇਹ ਜਾ ਹੋਊਗਾ ਕੁਛ ਹੋਰ ਹੀ ਬਣੂ ਕਿਤੇ ਟਰਾਈ ਜ਼ਰੂਰ ਕਰਾਂਗੇ ਕਿਤੇ ਉਹ ਸਰਾਕ ਕੱਢਣ ਕੱਢਦੇ ਟੁੱਟ ਗਿਆ ਉਹ ਛੱਡ ਪਰਾਂ ਨਹੀਂ ਉਹ ਨਾ ਕਰ ਲੈ ਪੇਚਕਸ ਨਹੀਂ ਹੁੰਦਾ ਜਿਹੜਾ ਪੇਚਕਸ ਨਾਲ ਹੱਥ ਨਾਲ ਕਰਨਾ ਪੈਗਾ ਹੱਥ ਨਾਲ ਹਾਂ ਇਹ ਮਿਹਨਤ ਦਾ ਕੰਮ ਹੈ ਮਸ਼ੀਨ ਨੂੰ ਆਪਣੇ ਨਾਲ ਪਿਆਰਾ ਥੋੜੀ ਗੱਡੀ ਮਾਰ ਦੋ ਪੇਚਕਸ ਲਾਗੇ ਡ੍ਰਿਲ ਨਾਲ ਹਾਂ ਪਹਿਲਾਂ ਡ੍ਰਿਲ ਨਾਲ ਥੋੜੀ ਮੈਂ ਵੀ ਤੂੰ ਡ੍ਰਿਲ ਲੈ ਕੇ ਆਈ ਪਹਿਲਾਂ ਹਾਲੇ ਪਰਸੋਂ ਕੱਲ ਤਾਂ ਵਿਸ਼ਕਰਮਾ ਡੇ ਆ ਪਰਸੋਂ ਲੈ ਕੇ ਆਈ ਤੇ ਵੱਡੀ ਲੈ ਵੱਡੀ ਦਾ ਟਰੱਕ ਦੇ ਚਲੋ ਜੀ ਆਪਾਂ ਚੱਲੇ ਹੁਣ ਘਰ ਨੂੰ ਚਾਚੀ ਜੀ ਹੱਟੜੀ ਸਜਾ ਰਹੇ ਸੀਗੇ ਕਿਚ ਮੱਥਾ ਟੇਕ ਮੱਥਾ ਟੇਕਣ ਲੱਗੇ ਨੇ ਹੱਟੜੀ ਬਾਲ ਰਹੇ ਸੀਗੇ ਤੇ ਚਲੋ ਮਿਲਦੇ ਹਾਂ ਹੁਣ ਕਿਸੇ ਹੋਰ ਦਿਨ ਆ ਜੀ ਪਟਿਆਲੇ ਓਕੇ ਵੀਰੇ ਠੀਕ ਹੈ ਨਾ ਵੀ ਠੀਕ ਹੈ ਵੀਰੇ ਚੱਲਦੇ ਹਾਂ ਘਰੇ ਹੁਣ ਆਪਾਂ ਹੁਣ ਪਟਿਆਲੇ ਜਾ ਕੇ ਮਿਲਦੇ ਹਾਂ ਆ ਗਏ ਹਾਂ ਜੀ ਘਰੇ ਪਟਿਆਲੇ ਐਂਟਰ ਹੋ ਗਏ ਹਾਂ ਸ਼ੇਰਨੀ ਆਪਾਂ ਅੰਦਰ ਲਾਤੀ ਅਤੇ ਆਪਾਂ ਵੀ ਚਲੋ ਅੰਦਰ ਚੱਲੀਏ ਹੁਣ ਅਤੇ ਇਹ ਵਲੋਗ ਹੁਣ ਮੈਂ ਮੱਥਾ ਟੇਕਣਾ ਹੱਟੜੀ ਅਸੀਂ ਵੀ ਮਤਲਬ ਤਿਆਰ ਕਰ ਲਈ ਅਤੇ ਹੁਣ ਅਸੀਂ ਮੱਥਾ ਟੇਕਣਾ ਬਸ ਅਤੇ ਇਸ ਵਲੋਗ ਨੂੰ ਹੁਣ ਇੱਥੇ ਐਂਡ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਕਰ ਦਿਓ ਅਤੇ ਥੈਂਕਸ ਫੋਰ ਵਾਚਿੰਗ ਲਵ ਯੂ ਅਗਲੇ ਵਾਰ ਮਿਲਦੇ ਹਾਂ।